ਸਾਡੇ ਕੋਲ ਆ ਰਹੇ ਮੈਨ ਬਿਹਾਈਂਡ ਦਾ ਕੈਮਰਾ, ਸਾਡੇ ਡਾਇਰੈਕਟਰ ਸਾਹਿਬ, ਪ੍ਰੋਡਿਊਸਰ ਸਾਹਿਬ, ਹੈਡ ਆਫ ਦਾ ਫਿਲਮ ਸਕੂਲ, ਜੋ ਕਾਫੀ ਅੱਛਾ ਕੰਮ ਕਰ ਰਹੇ ਨੇ ਸਾਡੇ ਖਾਲਸਾ ਸਕੂਲ ਵਾਸਤੇ। ਪ੍ਰੈਕਟੀਕਲੀ ਬੱਚੇ ਬਹੁਤ ਜ਼ਿਆਦਾ ਇੰਸਪਾਇਰ ਹੋ ਰਹੇ ਨੇ। ਸੋ ਹਰਬਲਦੀਪ ਸਿੰਘ ਜੀ ਬੋਲੇ ਸੋਨੇਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਦਾ ਜਵਾਬ ਫਤਿਹ ਨਾਲ ਦੇਣਾ। ਬੋਲੇ ਸੋ ਰਿਹਾ। ਪਿਆਰੀ ਸਾਧ ਜੀ, ਅੱਜ ਮੈਂ ਤੁਹਾਡੇ ਸਾਹਮਣੇ ਭਾਈ ਮੋਹਨ ਸਿੰਘ ਜੀ ਦੀ ਕਵਿਤਾ ਗੋਬਿੰਦ ਗੁਰੂ ਪੜ੍ਹਨ ਜਾ ਰਿਹਾ। ਕੋਈ ਉਲਝੁਕ ਹੋਵੇ ਤਾਂ ਖਿਮਾ ਦਾ ਚਾਚਕ ਹਾਂ ਜੀ, ਗੋਬਿੰਦ ਗੁਰੂ। ਭਾਰਤ ਦੇ ਉੱਤਰ ਪੱਛਮ ਵਿੱਚ ਉੱਚੀਆਂ ਸਿਖਰਾਂ ਦੇ ਵਿੱਚ ਘਿਰੀ ਇੱਕ ਟੁਕੜੀ ਪਾਵਨ ਧਰਤੀ ਦੀ, ਜਿੱਥੇ ਕਿਰਨਾਂ ਸੂਰਜ ਦੀਆਂ ਸੱਤ ਸਰਿੰਗ ਪਹਾੜੀ ਸਿਖਰਾਂ ਦੇ ਹਰ ਸ਼ਾਮ ਸਵੇਰੇ ਰੰਗ ਦੀਆਂ, ਜਿੱਥੇ ਪ੍ਰਕਿਰਤੀ ਸ਼ਾਂਤ ਪਈ ਉੱਥੇ ਲੈ ਚਾਦਰ ਬਰਫਾਂ ਦੀ, ਜਿੱਥੇ ਚਸ਼ਮੇ ਚੁੱਕਦੇ ਵਹਿੰਦੇ ਤੇ ਹੇਮਕੁੰਡ ਜਿਸ ਨੂੰ ਕਹਿੰਦੇ, ਜਿੱਥੇ ਚਸ਼ਮੇ ਚੁੱਪਦੇ ਵਹਿੰਦੇ ਤੇ ਹੇਮਕੁੰਡ ਜਿਸ ਨੂੰ ਕਹਿੰਦੇ, ਛੱਡ ਐਸੇ ਸ਼ਾਂਤ ਚੁਗਿਰਦੇ ਨੂੰ, ਛੱਡ ਐਸੇ ਸ਼ਾਂਤ ਚੁਗਿਰਦੇ ਨੂੰ, ਰਣ ਤੱਤੇ ਵਿੱਚ ਕੌਣ ਆਇਆ, ਛੱਡ ਐਸੇ ਸ਼ਾਂਤ ਚੁਗਿਰਦੇ ਨੂੰ, ਰਣ ਤੱਤੇ ਵਿੱਚ ਕੌਣ ਆਇਆ, ਗੋਬਿੰਦ ਗੁਰੂ ਗੋਬਿੰਦ ਗੁਰੂ। ਸੱਜੇ ਹੱਥ ਨੇਜ਼ਾ ਲੋਹੇ ਦਾ, ਸੱਜੇ ਹੱਥ ਨੇਜ਼ਾ ਲੋਹੇ ਦਾ, ਜੋ ਚਿੰਨ ਵਜਰ ਤੇ ਰੋਹੇ ਦਾ, ਖੱਬੇ ਹੱਥ ਚਿੱਟਾ ਬਾਜ ਫੜੀ, ਜੋ ਹੈ ਪ੍ਰਤੀਕ ਬ੍ਰਹਮਪਤੀ ਦਾ, ਤੇ ਰਿਸ਼ੀਆਂ ਨੇ ਜਿਸ ਨੂੰ ਲਿਖਿਆ ਵਿੱਚ ਰਿਗ ਵੇਦ ਦੇ ਗਾਇਤਰੀ। ਪਹਿਨੀ ਨੀਲੇ ਰੰਗ ਦੇ ਬਸਤਰ ਜਿਸ ਰੰਗ ਤੇ ਹੋਰ ਨਾ ਰੰਗ ਚੜ੍ਹੇ, ਜਗ ਮਤ ਕਰਦੇ ਸ਼ਸਤਰ ਅਸਤਰ ਜੋ ਹਣ ਪ੍ਰਤੀਕ ਅਮਰਤਾ ਦੇ, ਮੋਢੇ ਬ੍ਰਹਮੰਡੀ ਤਨੁਸ਼ ਤਰੀ ਪੱਥੇ ਕਿਰਨਾ ਦਾ ਬਾਣ ਭਰੀ, ਦਸਤਾਰ ਤੇ ਤੋੜਾ ਗਿੱਟਿਆਂ ਦਾ ਤਨ ਤਾਰਿਆਂ ਦੀ ਸੰਜੋ ਜੜੀ, ਗਗਨਾਂ ਦੇ ਨੀਲੇ ਘੋੜੇ ਤੇ ਪਾ ਚੰਨ ਦੀ ਕਾਠੀ ਕੌਣ ਆਇਆ, ਗਗਨਾਂ ਦੇ ਨੀਲੇ ਘੋੜੇ ਤੇ ਪਾ ਚੰਨ ਦੀ ਕਾਠੀ ਕੌਣ ਆਇਆ, ਗੋਬਿੰਦ ਗੁਰੂ ਗੋਬਿੰਦ ਗੁਰੂ। ਜੇ ਪਿਤਾ ਹਿੰਦ ਦੀ ਚਾਦਰ ਸੀ, ਜੇ ਪਿਤਾ ਹਿੰਦ ਦੀ ਚਾਦਰ ਸੀ ਤਾਂ ਹਿੰਦ ਦੀ ਜਿੰਦ ਗੋਬਿੰਦ ਗੁਰੂ। ਮਿੱਤਰ ਗਣ ਲਈ ਬਿੰਦ ਅੰਮ੍ਰਿਤ ਦੀ, ਸ਼ਤਰੂ ਗਣ ਲਈ ਮਿਰਗਿੰਦ ਗੁਰੂ। ਰਣ ਤੱਤੇ ਵਿੱਚ ਵਜਰ ਨਿਰਾ, ਰਣ ਤੱਤੇ ਦੇ ਵਿੱਚ ਨਿਜਰ ਵਿਰਾ, ਵਿੱਚ ਕੋਮਲਤਾ ਅਰਵਿੰਦ ਗੁਰੂ। ਦੂਤਾਂ ਲਈ ਸੂਈ ਦਾ ਨੱਕਾ, ਦੂਤਾਂ ਲਈ ਸੂਈ ਦਾ ਨੱਕਾ ਤੇ ਸੰਤਾਂ ਲਈ ਸਿੱਧ ਗੁਰੂ। ਦੂਤਾਂ ਲਈ ਸੂਈ ਦਾ ਨੱਕਾ ਤੇ ਸੰਤਾਂ ਲਈ ਸਿੱਧ ਗੁਰੂ। ਸੰਤਾਂ ਮਾਨੋ ਦੂਤਾਂ ਟਾਨੋ ਦਾ ਨਾਰਾ ਲਾ ਕੇ ਕੌਣ ਆਇਆ, ਗੋਬਿੰਦ ਗੁਰੂ ਗੋਬਿੰਦ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ